ਅਸਲਾਮ ਵਾਲੇਕਮ ਜੀ ਸੈਨੇ ਕਹਿੰਦੇ ਆ ਵੀ ਜਦੋਂ ਤੱਕ ਲਾਲਚੀ ਜ਼ਿੰਦਾ ਆ ਤੇ ਠੱਗ ਭੁੱਖੇ ਨਹੀਂ ਮਾਰ ਸਕਦੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੀਆਂ ਆਪਰਚੂਨਿਟੀਆਂ ਮਿਲਦੀਆਂ ਆ ਪਲੇਟਫਾਰਮ ਮਿਲਦੇ ਆ ਕਿਸੇ ਜਗ੍ਹਾ ਤੇ ਤੁਸੀਂ ਆਪਣੇ ਘਰ ਬੈਠੇ ਕਾਰੋਬਾਰ ਕਰ ਸਕਦੇ ਆ ਤੇ ਆਪਣੇ ਰੁਪਏ ਕਮਾ ਸਕਦੇ ਆ ਜਾਨੀ ਆਪਣੇ ਕੁਦੇ ਆੜੀ ਲਾ ਸਕਦੇ ਆ ਆਨਲਾਈਨ ਬਿਜ਼ਨਸ ਜਿਹੜਾ ਇੱਕ ਬਹੁਤ ਵਧੀਆ ਪਲੇਟਫਾਰਮ ਆ ਜਿੱਥੇ ਤੁਸੀਂ ਆਪਣੇ ਘਰ 'ਚ ਆਪਣੀ ਕਿਸਮ ਦੀ ਦੁਕਾਨਦਾਰੀ ਲਾ ਕੇ ਆਪਾਂ ਚੀਜ਼ਾਂ ਡਿਸਪਲੇ ਕਰਕੇ ਜਾਂ ਉਹਨੂੰ ਆਪਾਂ ਅਪਲੋਡ ਕਰਕੇ ਮਕੂਲ ਤਰੀਕੇ ਦੇ ਨਾਲ ਆਪਣਾ ਬਿਜ਼ਨਸ ਚਲਾ ਸਕਦੇ ਆ ਲੇਕਿਨ ਵੱਧ ਕਿਸਮਤੀ ਦੇ ਨਾਲ ਸਾਡੇ ਪਾਕਿਸਤਾਨ 'ਚ ਹਰ ਕੰਮ ਹੀ ਉਲਟਾ ਹੁੰਦਾ ਆ ਜਾਨੀ ਜੇ ਕੋਈ ਸਿੱਧੀ ਵੀ ਚੀਜ਼ ਬਣਦੀ ਆ ਨਾ ਉਹਨੂੰ ਵੀ ਆਪਾਂ ਪੁੱਠੇ ਤਰੀਕੇ ਦੇ ਨਾਲ ਪੇਸ਼ ਕਰਦੇ ਆਂ ਦੇਸੀ ਕੁੱਤੀ ਬਲੈਤੀ ਚੀਕਾ ਮਤਲਬ ਕਿ ਵੀਡੀਓ ਜਿਹੜੀ ਉਹ ਗੋਰਿਆਂ ਦੀ ਬਣੀ ਹੋਈ ਲਾ ਦੇਣੀ ਉੱਪਰ ਤੇ ਥੱਲੇ ਆਪਣਾ ਮੁੜ ਕੇ ਨੰਬਰ ਦੇ ਦੇਣਾ ਤੇ ਆਪਣੀਆਂ ਫਿਰ ਠਾਕ ਬਾਜ਼ੀਆਂ ਥੱਲੇ ਸ਼ੁਰੂ ਕਰ ਲੈਣੀਆਂ ਉਹ ਬੰਦਾ ਦੇਖਦਾ ਕਿ ਯਾਰ ਇਹ ਵੀਡੀਓ ਬੜੀ ਮਕੂਲ ਆ ਆਖਰ ਵੀਡੀਓ ਬਣਾਈ ਆ ਐਡ ਬਣਾਇਆ ਉਹਦਾ ਸਾਰਾ ਕੁਸ਼ ਕਮਰਸ਼ਲ ਤੇ ਇਹ ਮਾਮਲਾ ਹਰ ਬੰਦਾ ਇਸ ਗੱਲ ਨੂੰ ਨਹੀਂ ਸਮਝਦਾ ਹੈਗਾ ਲੇਕਿਨ ਇਹ ਸੋਚੋ ਕਿ ਉਹ ਵੀਡੀਓ ਸਾਡੀ ਨਹੀਂ ਬਣੀ ਉਹ ਤਾਂ ਗੋਰਿਆਂ ਨੇ ਬਣਾਈ ਆਪਣੇ ਮੁਲਕ ਦੇ ਵਿੱਚ ਵੇਚਦੇ ਆ ਸਹੀ ਤਰੀਕੇ ਨਾਲ ਵੇਚਦੇ ਉਹ ਦੋ ਨੰਬਰੀ ਨਹੀਂ ਕਰਦੇ ਹੈਗੇ ਸਾਡੇ ਇੱਥੇ ਚਗਲਾਂ ਜਿਹੜੀਆਂ ਆ ਉਹ ਫਿਰ ਉਹਦੇ ਤੇ ਉਹੀ ਐਡ ਚਲਾ ਕੇ ਤੇ ਥੱਲੇ ਆਪਣਾ ਨੰਬਰ ਦੇ ਕੇ ਲੋਕਾਂ ਨੂੰ ਠਗਦੇ ਠਗਣ ਦੇ ਬਹੁਤ ਸਾਰੇ ਤਰੀਕੇ ਆ ਹੁਣ ਤੁਹਾਨੂੰ ਹੌਲੀ-ਹੌਲੀ ਸਾਰੇ ਦੱਸਾਂਗੇ ਫਿਲਹਾਲ ਅੱਜ ਦੀ ਵੀਡੀਓ ਵਿੱਚ ਇਹੀ ਦੱਸਣਾ ਕਿ ਇਹ ਜਿਹੜੇ ਜਿੰਬਲ ਤੇ ਡਰੋਨ ਦੇ ਵਿੱਚ ਆ ਨਾ ਇਹਦੇ ਧੋਖੇ ਤੋਂ ਬਚੋ ਅੱਜ ਕੱਲ ਜਿਹੜਾ ਬਹੁਤਾ ਚੱਲਿਆ ਹੋਇਆ ਆ ਕਿ ਡਰੋਨ ਦਿਖਾ ਰਹੇ ਆ ਜੀ ਉਹ 1.5 ਲੱਖ ਦਾ ਡਰੋਨ ਆਦਾ ਕੀਮਤ ਦੱਸੀ ਹੁੰਦੀ ਆ ਜੀ 25000 ਰੁਪਈਆ 30000 ਰੁਪਈਆ 40000 ਰੁਪਈਆ ਮੁxtਲਫ ਸਾਈਟਾਂ ਤੇ ਮੁxtਲਫ ਉਸ ਤੋਂ ਇਲਾਵਾ ਜਿੰਬਲ ਆ ਜਿੰਬਲ 12-13000 ਰੁਪਏ ਦੀ ਉਹ ਜਿੰਬਲ ਆ ਜਿਹੜੀ ਔਰ ਘਟੋ ਘਟਾ 85000 ਰੁਪਏ ਦੀ ਆਉਂਦੀ ਜਿਹੜੀ ਮੋਬਾਈਲ ਕੈਮਰੇ ਵਾਲੀ ਇੱਕ ਤਾਂ ਮੋਬਾਈਲ ਵਾਲੀ ਹੁੰਦੀ ਸਸਤੀ ਹੁੰਦੀ ਲੇਕਿਨ ਕੈਮਰੇ ਵਾਲੀ ਜਿਹੜੀ ਉਹ ਜ਼ਰਾ ਮਹਿੰਗੀ ਹੁੰਦੀ ਉਹ 85000 ਕਮੋਂ ਬੇਸ਼ੋ ਦਾ ਰੇਟ ਆ 12 13000 14000 15000 ਦੀ ਰੇਂਜ ਵਿੱਚ ਇੱਥੇ ਸਾਨੂੰ ਫੇਸਬੁੱਕ ਤੇ ਜਿਹੜੇ ਐਡ ਚਲਾਏ ਹੁੰਦੇ ਆ ਪ੍ਰੋਮੋਸ਼ਨ ਕਰਕੇ ਜਿਹੜੇ ਐਡ ਚਲਾਉਂਦੇ ਆਪਾਂ ਪੇਡ ਪ੍ਰੋਮੋਸ਼ਨ ਅੱਛਾ ਉਹਦੇ ਵਿੱਚ ਹੁੰਦਾ ਕੀ ਆ ਜੀ ਉਹਦੇ ਵਿੱਚ ਇਹ ਹੁੰਦਾ ਆ ਵੀ ਉਹੀ ਪਹਿਲੇ ਵਾਲੀ ਗੱਲ ਵੀ ਜਦੋਂ ਤੱਕ ਲਾਲਚ ਜਿੰਦਾ ਆ ਹਾਗ ਭੁੱਖੇ ਨਹੀਂ ਮਰ ਸਕਦੇ ਉਹ ਹਸਾਬ ਤੇ ਉਹ ਲੋਕ ਫਟਾਫਟ ਆਪਣਾ ਨਾ ਕਰਨ ਲੱਪੰਦੇ ਵੀ ਜੀ رابطہ ਉਹਨਾਂ ਦਾ ਵਟਸਐਪ ਨੰਬਰ ਦਿੱਤਾ ਹੁੰਦਾ ਉਹਤੇ ਰਾਬਤਾ ਕਰਦੇ ਰਾਬਤਾ ਕਰਨ ਤੋਂ ਬਾਅਦ ਉਹ ਅੱਗੋਂ ਤੁਹਾਨੂੰ ਦੱਸਦੇ ਵੀ ਭਾਈ ਜੀ ਇਹਦੀ ਨਵੇਂ ਕਸਟਮਰ ਲਈ ਨਾ ਅੱਧੀ ਕੀਮਤ ਜਿਹੜੀ ਉਹ ਪਹਿਲੇ ਅਡਵਾਂਸ ਕੁਝ ਬੰਦੇ ਇਹ ਕਰਦੇ ਕੁਝ ਕਹਿੰਦੇ ਆ ਵੀ ਸਾਨੂੰ ਪਾਰਸਲ ਦਾ ਜਿਹੜਾ ਨਾ ਕੁ 4-5000 ਰੁਪਈਆ ਖਰਚਾ ਜਿਹੜਾ ਉਹ ਪਹਿਲੇ ਦੇ ਬੰਦੇ ਸੋਚਦੇ ਯਾਰ ਲੱਖ ਡੇਢ ਲੱਖ ਲਈ ਸ਼ਾਇਦ 5000 ਦੇ ਵਿੱਚ ਸਾਨੂੰ ਪਹਿਲੇ ਭੇਜਣ ਲੱਗਿਆ ਤੁਹਾਨੂੰ 5000 ਰੁਪਏ ਦੇ ਕੇ ਦੇਖ ਲੈਣੇ ਆ ਨਾ ਹੋਇਆ ਤੇ 5000 ਹੀ ਆ ਨਾ ਅਸਲ ਚੋ 5000 ਹੀ ਉਹਨਾਂ ਦਾ ਉਹਨਾਂ ਦੀ ਦਿਹਾੜੀ ਹੁੰਦੀ ਉਹਨਾਂ ਦਾ ਉਹਨਾਂ ਨੇ ਲੁੱਟਣਾ ਹੁੰਦਾ ਤੁਹਾਡੇ ਤੋਂ ਬਾਹਰ ਦੇ ਮੁਲਕਾਂ 'ਚ ਤੁਸੀਂ ਦੇਖ ਲਓ ਵੀ ਜਿੱਥੇ ਵੀ ਜਿਹੜੀ ਚੀਜ਼ ਤੁਸੀਂ ਬੋਕਰਾਂਦੇ ਨਾ ਸੇਮ ਐ ਐਜ਼ ਇਟ ਇਜ਼ ਜਿਹੜੀ ਤੁਹਾਡੇ ਕੋਲ ਹੋ ਮਤਲਬ ਪਹੁੰਚਦੀ ਆ ਉਦਾਂ ਦੀ ਸ਼ੈ ਜਿਹੜੀ ਚੀਜ਼ ਤੁਸੀਂ ਅਗਰ ਤੁਸੀਂ ਉਹ ਤੁਹਾਨੂੰ ਗਲਤ ਭੇਜਦੇ ਆ ਤੁਸੀਂ ਉਹਨਾਂ ਤੇ ਕੇਸ ਕਰ ਸਕਦੇ ਆ ਅੱਛਾ ਖਾਸਾ ਜਿਹੜਾ ਉਹਨਾਂ ਨੂੰ ਜ਼ਲੀਲ ਕਰ ਸਕਦੇ ਕੋਰਟ ਵਿੱਚ ਪਾਕਿਸਤਾਨ ਦੇ ਵਿੱਚ ਸਭ ਤੋਂ ਵੱਡਾ ਮਸਲਾ ਤੇ ਜਿਹੜੀਆਂ ਕੂਰੀਅਰ ਕੰਪਨੀਆਂ ਉਹ ਇਹਨਾਂ ਨਾਲ ਇਨਵੋਲਪ ਆ ਇਹਨਾਂ ਨਾਲ ਰਲੀਆਂ ਆ ਉਹਨਾਂ ਨੇ ਪਹਿਲੇ ਕਿਹਾ ਹੁੰਦਾ ਭਾਈ ਸ਼ਾਹ ਖੁੱਲ ਗਈ ਤੁਹਾਡੀ ਆ ਕਿਉਂ ਸਾਡੀ ਆ ਵੀ ਜਦੋਂ ਸਾਡੀ ਸ਼ਾਹ ਉਹ ਹੈ ਹੀ ਨਹੀਂ ਜਿਹੜੀ ਸ਼ਾਹ ਅਸੀਂ ਬੁੱਕ ਕਰਾਈ ਉਹ ਸਾਡੀ ਹੈ ਹੀ ਨਹੀਂ ਸਾਨੂੰ ਭੇਜੀ ਨਹੀਂ ਹੈਗੀ ਤੇ ਸਾਡੀ ਇਹ ਕਿਸ ਤਰ੍ਹਾਂ ਹੋ ਸਕਦੀ ਆ ਇਹ ਰਲ ਮਿਲ ਕੇ ਕੰਮ ਕਰਦੇ ਆ ਕੰਮ ਪਾਉਂਦੇ ਆ ਯਾਨੀ ਜਿਹੜਾ ਇੱਕ ਮਾਕੂਲ ਬਿਜ਼ਨਸ ਇੱਕ ਚੱਲ ਸਕਦਾ ਹੈ ਬਾਕੀ ਮੁਲਕਾਂ ਚੱਲ ਰਿਹਾ ਸਾਡੇ ਚ ਉਹਨੂੰ ਮਤਲਬ ਇਸ ਤਰ੍ਹਾਂ ਦੋ ਨੰਬਰੀਆਂ ਘਰ ਘਰ ਕੇ ਉਹ ਖਰਾਬ ਕਰਦੇ ਆ ਮੈਂ ਆਪਣੇ ਸਾਰੇ ਦੋਸਤਾਂ ਨੂੰ ਇਹ ਵੀਡੀਓ ਦੇ ਰਾਹੀਂ ਇਹ ਹੀ ਛੋੜਾ ਜਾਇਆ ਕਿ ਕਲਿੱਪ ਬਣਾ ਕੇ ਦੱਸਣਾ ਸੀ ਕਿ ਇਹ ਜਿਹੜੇ ਲੋਕ ਆ ਡਰੋਨ ਜਾਂ ਗਿੰਬਲ ਦੇ ਸ਼ਕਲ ਦੇ ਵਿੱਚ ਤੁਹਾਨੂੰ ਠਾਕਦੇ ਆ ਲੁੱਟਦੇ ਆ ਇਹਨਾਂ ਨੂੰ ਇਹਨਾਂ ਤੋਂ ਬਚਿਆ ਜਾਵੇ ਤਾਂ ਕਿ ਇਹ ਜਿਹੜਾ ਨਾ ਇੱਕ ਫਰਾਡ ਹੀ ਆ ਜੋ ਲੱਭਣਾ ਕੱਖ ਨਹੀਂ ਆਪਾਂ ਨੂੰ ਆਣਾ ਕੋਈ ਨਹੀਂ ਨਾ ਗਿੰਬਲ ਆਣੀ ਆ ਨਾ ਡਰੋਨ ਆਣਾ ਕਿਸ ਤਰ੍ਹਾਂ ਪੋਸੀਬਲ ਆ ਜਿੱਦਾਂ ਮਮਕਨ ਆ ਵੀ ਇੱਕ 1.5 ਲੱਖ ਰੀਸ਼ਾ ਤੁਹਾਨੂੰ ਉਹ 20-30 ਹਜ਼ਾਰ ਰੁਪਏ ਦੇ ਵਿੱਚ ਦੇ ਦੇਣਗੇ ਇਡੀ ਚੋਰ ਬਜ਼ਾਰੀ ਤਾਂ ਨਹੀਂ ਹੈਗੀ ਫਿਰ ਜਦੋਂ ਤੁਸੀਂ ਉਹਨਾਂ ਨੂੰ ਫੋਨ ਕਰਨਾ ਉਹਨਾਂ ਨੇ ਫੋਨ ਬੜੇ ادب ਦੇ ਨਾਲ ਕਿਉਂਕਿ ਟੀਮ ਰੱਖੀ ਹੈ ਉਹਨਾਂ ਨੇ ਲੁੱਟਣ ਲਈ ਉਹ ਤੁਹਾਨੂੰ ਬੜੇ ਅੱਛੇ ਤਰੀਕੇ ਦੇ ਨਾਲ ਟੈਕਲ ਕਰਨ ਦੀ ਕੋਸ਼ਿਸ਼ ਕਰਦੇ ਆ ਉਸ ਤੋਂ ਬਾਅਦ ਤੁਸੀਂ ਇਤਮਾਲ ਉਹਨਾਂ ਹਾਸਲ ਕਰ ਲੈਂਦੇ ਆ ਵੀ ਯਾਰ ਇਹ ਬੰਦੇ ਠੀਕ ਹੀ ਲੱਗਦੇ ਆ ਫੋਟੋ ਬੜੀ ਮਾਕੂਲ ਆਈ ਹੋਗੀ ਡੀਪੀ ਤੇ ਬੜੇ ਮੌਲਵੀ ਟਾਈਪ ਅੱਲਾਹ ਬਾਹ ਮਾਫੀ ਅਸੀਂ ਦਾੜੀਆਂ ਵਾਲਿਆਂ ਨੂੰ ਗਲਤ ਨਹੀਂ ਕਹਿੰਦੇ ਲੇਕਿਨ ਚੋਰਾਂ ਨੇ ਦਾੜੀ ਰੱਖੀ ਆ ਉਹ ਰੌਲਾ ਇਹ ਆ ਵੀ ਓਹੋ ਸਮੇਂ ਦੇ ਵੀ ਲੋਗ ਇਹਨਾਂ ਤੇ ਭਰੋਸਾ ਕਰ ਲੈਂਦੇ ਲੇਕਿਨ ਉਹਨਾਂ ਨੇ ਬਦਨਾਮੀ ਕੀਤੀ ਇਹਨਾਂ ਜਿੱਦਾਂ ਕਹ ਲੋ ਵੀ ਚੋਰਾਂ ਨੇ ਦਾੜੀ ਰੱਖ ਲਈ ਆ ਬਚੋ ਇਸ ਚੀਜ਼ ਤੋਂ ਜੇ ਆਪਾਂ ਕੋ ਚੰਗਾ ਨਹੀਂ ਕਰ ਸਕਦੇ ਤਾਂ ਮੇਰਾ ਖਿਆਲ ਆ ਕਿ ਮਾੜਾ ਵੀ ਨਹੀਂ ਆਪਣੇ ਮੁਲਕ ਦੇ ਵਿੱਚ ਕਿਉਂਕਿ ਬਦਨਾਮੀ ਤਾਂ ਫਿਰ ਮੁਲਕ ਦੀ ਹੁੰਦੀ ਨਾ ਲੋਕ ਇਹੀ ਕਹਿੰਦੇ ਕਿ ਪਾਕਿਸਤਾਨੀ ਇਦਾਂ ਦੇ ਆ ਪਾਕਿਸਤਾਨੀ ਜਿਹੜਾ ਨਾ ਜ਼ਾਹਰ ਹੁਣ ਇੱਕ ਇਮੇਜ ਐਸਾ ਬਣ ਗਿਆ ਆ ਗਲਤ ਬੰਦਿਆਂ ਨੇ ਬਣਾ ਦਿੱਤਾ ਇੱਥੇ ਜਿੰਨੇ ਵੀ ਆ ਔੜਾ ਜਿੰਨੇ ਆ ਬੱਦੂ ਆ ਇਹਨਾਂ ਨੇ ਫੋਨ ਕਰ ਕਰਕੇ ਲੋਕਾਂ ਨੂੰ ਆਪਣਾ ਤੁਹਾਡਾ ਨਾਮ ਨਿਕਲਿਆ ਉਸ ਮੱਦੇ ਵਿੱਚ ਵੀ ਠੱਗਦੇ ਆ ਹੁਣ ਤੇ ਬਾਹਰ ਦੇ ਮੁਲਕਾਂ ਵਿੱਚ ਵੀ ਠਗਣ ਲੱਗ ਪਏ ਆ ਸੋਨੇ ਦਾ ਤੁਹਾਨੂੰ ਮੈਸੇਜ ਆਏਗਾ ਤੁਹਾਨੂੰ ਕਾਲ ਆਏਗੀ ਤੁਹਾਡਾ ਸਾਨੂੰ ਇਦਾਂ ਕੰਨਾਂ ਪਟਦੇ ਆ ਵਿੱਚੋਂ ਸੋਨਾ ਨੀਆਂ ਚੋਂ ਨਿਕਲਿਆ ਉਹ ਲੈਣ ਆ ਜਾਓ ਇਦਾਂ ਦੇ ਬਹੁਤ ਸਾਰੇ ਫਰਾਡ ਆ ਜਿਹੜੇ ਲਾਲਚੀ ਬੰਦੇ ਉਹਨਾਂ ਦਾ ਸ਼ਿਕਾਰ ਹੋ ਕੇ ਫਿਰ ਪੱਟਾਂ ਦੇ ਹੱਥ ਮਾਰਦੇ ਸੜਨਾ ਹੋਇਆ ਕੀ ਆ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਵੀ ਸੋਨਾ ਜਿਹੜਾ ਤੁਹਾਨੂੰ ਦੇਣਾ ਉਹਨਾਂ ਨੇ ਜਿਹੜਾ ਨਿਕਲਿਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਠੱਗੀਆਂ ਠੋਰੀਆਂ ਚੱਲੀਆਂ ਹੋਇਆ ਤੇ ਹਜ਼ਾ ਆਪਣੇ ਆਪ ਨੂੰ ਨਾ ਬਚਾਓ ਰੇਂਜ ਰੱਖੋਗੇ ਜਿਹੜੀ ਚੀਜ਼ ਆ ਤੁਹਾਨੂੰ ਇਹ ਕਿਸ ਤਰ੍ਹਾਂ ਮਿਲ ਸਕਦੀ ਹੈ ਜਦੋਂ ਕਿ ਉਹਦਾ ਰੇਟ ਹੀ ਹੈ ਨਹੀਂਗਾ ਉਹ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਲਾਇਕ ਫਾਲੋ ਸ਼ੇਅਰ ਕਰਿਓ ਜੀ ਰੱਬ ਰਾਖਾ ਜੀ